ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਪੰਜਾਬ ਦੇ ਵਿੱਚ ਸਿਆਸਤ ਅਗਰ ਦੇਖੀਏ ਤਾਂ ਖਾਲਿਸਤਾਨੀ ਗਤੀਵਿਧੀਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੱਕੀ ਹੋਈ ਹੈ। ਆਏ ਦਿਨ ਰੈਫਰੈਂਡਮ 2020 ਜਾਂ ਖਾਲਿਸਤਾਨ ਨੂੰ ਸਮਰਥਨ ਕਰਨ ਵਾਲੇ ਸਮਰਥਕ ਬਾਹਰੋਂ ਬੈਠ ਕੇ ਆਪਣੇ ਵੀਡੀਓ ਮੈਸੇਜ ਜਾਰੀ ਕਰੀ ਜਾਂਦੇ ਨੇ ਅਤੇ ਆਪਣੇ ਵਾਇਰਲ ਕੀਤੇ ਹੋਏ ਮੈਸੇਜਸ ਦੇ ਵਿੱਚ ਉਹ ਕਿਸੇ ਨਾ ਕਿਸੇ ਪੰਜਾਬ ਦੀ ਸਿਆਸੀ ਧਿਰ ਨੂੰ ਨਿਸ਼ਾਨੇ 'ਤੇ ਰੱਖਦੇ ਨੇ। ਇੱਕ ਹੋਰ ਖਾਲਿਸਤਾਨੀ ਸਮਰਥਕ ਨੇ ਵਿਆਖਿਆ ਕੀਤੀ ਕਿ ਆਖਿਰ ਖਾਲਿਸਤਾਨ ਮੰਗ ਕੌਣ ਰਿਹਾ ਹੈ, ਆਖਿਰ ਖਾਲਿਸਤਾਨ ਦੀ ਮੰਗ ਉੱਠੀ ਕਿਉਂ, ਆਖਿਰ ਉਸਨੇ ਕੀ ਐਕਸਪਲੇਨੇਸ਼ਨ ਦਿੱਤੀ, ਸੁਣੋ। ਖਾਲਸਾ ਜੀ, ਪਹਿਲਾਂ ਤਾਂ ਸਾਰੇ ਜਣੇ ਵੀਡੀਓ ਨੂੰ ਜਿਹੜਾ ਆ ਉਹ ਜ਼ਰੂਰ ਸ਼ੇਅਰ ਕਰਿਓ ਅਤੇ ਬਾਕੀ ਅੱਜ ਕਈ ਦਿਨ ਹੋ ਗਏ ਆਪਾਂ ਸਾਰੇ ਵੇਖਦੇ ਹਾਂ ਵੀ ਕਿਵੇਂ ਜਿਹੜੀ ਪੰਜਾਬ ਦੀ ਸਿਆਸਤ ਆ ਉਹ ਇੱਕ ਵਾਰ ਗਰਮ ਹੋ ਚੁੱਕੀ ਆ ਰੈਫਰੈਂਡਮ ਦੇ ਨਾਂ 'ਤੇ। ਖਾਲਿਸਤਾਨ ਦੀ ਗੱਲ ਦੇ ਉੱਤੇ ਜਿਹੜੀ ਗੱਲ ਨੂੰ ਆਮ ਤੌਰ 'ਤੇ ਕਈ ਇਹ ਕਿਹਾ ਕਰਦੇ ਸੀ ਵੀ ਕਿੱਥੇ ਨੇ ਖਾਲਿਸਤਾਨੀ, ਇਹ ਦੋ ਚਾਰ ਨੇ, ਅੱਜ ਉਹਨਾਂ ਦੋ ਚਾਰਾਂ ਨੂੰ ਥੱਲਿਓਂ ਲੈ ਕੇ ਉੱਪਰ ਤੱਕ, ਮੈਂ ਇਹਨਾਂ ਨੂੰ ਚੂਚੇ ਕਹਿੰਦਾ ਹਾਂ, ਦਿੱਲੀ ਦੇ ਚੂਚੇ, ਜਿੰਨੇ ਵੀ ਦਿੱਲੀ ਦੇ ਚੂਚੇ ਨੇ ਉਹ ਕਿਵੇਂ ਚੁਆਂ ਚੁਆਂ ਕਰ ਰਹੇ ਆ ਸਾਰੇ ਪਾਸੇ, ਚਾਹੇ ਉਹ ਅਕਾਲੀ ਦਲ ਦੇ ਨੇ, ਚਾਹੇ ਉਹ ਕਾਂਗਰਸ ਦੇ ਨੇ, ਅਤੇ ਚਾਹੇ ਦਿੱਲੀ ਦਰਬਾਰ ਤੋਂ ਚੱਲਦੀ ਆਮ ਆਦਮੀ ਪਾਰਟੀ ਆ। ਅਤੇ ਇਸ ਸਾਰੇ ਜਿੰਨੇ ਵੀ ਬਹਿਸ ਸੁਣ ਰਹੇ ਆ, ਜਿੰਨੀਆਂ ਡਿਬੇਟ ਚੱਲ ਰਹੀਆਂ ਆ ਵੱਖੋ ਵੱਖ ਟੀਵੀ ਚੈਨਲਸ ਦੇ ਉੱਤੇ, ਕਈ ਤਰ੍ਹਾਂ ਦੀਆਂ ਡਿਬੇਟ ਜਿਹੜੀਆਂ ਆ ਉਦਾਸ ਲਗਾਤਾਰ ਸੁਣ ਰਿਹਾ, ਅਤੇ ਉਹਨਾਂ ਦੇ ਵਿੱਚੋਂ ਜਿਹੜੀ ਮੇਨਲੀ ਗੱਲ ਉੱਭਰ ਕੇ ਸਾਹਮਣੇ ਆਉਂਦੀ ਆ ਜਿਹੜੀ ਜਿਹਦੇ ਬਾਰੇ ਅਸੀਂ ਪੁਆਇੰਟ ਨਹੀਂ ਕਰਦੇ, ਉਹ ਹੈਗੀ ਆ ਖਾਲਿਸਤਾਨ ਦੀ ਮੰਗ ਕੌਣ ਕਰ ਸਕਦੇ ਆ। ਤੁਸੀਂ ਗੱਲ ਨੂੰ ਦੁਬਾਰਾ ਨੋਟ ਕਰਿਓ, ਜਿਹੜੀ ਸਾਰੀ ਹੀ ਬਹਿਸ ਦੇ ਵਿੱਚੋਂ ਗੱਲ ਆ ਰਹੀ ਆ ਬਾਹਰ ਨਿਕਲ ਕੇ, ਉਹ ਇਹ ਆ ਵੀ ਖਾਲਿਸਤਾਨ ਦੀ ਮੰਗ ਕੌਣ ਕਰਦੇ ਨੇ, ਕੌਣ ਕਰ ਸਕਦੇ ਆ। ਹੁਣ ਇਹ 'ਚ ਸੋਚਣ ਵਾਲੀਆਂ ਗੱਲਾਂ ਨੇ। ਤੁਸੀਂ ਸਾਰੇ ਵੀਡੀਓ ਨੂੰ ਇੱਕ ਵਾਰ ਜ਼ਰੂਰ ਸ਼ੇਅਰ ਕਰ ਦਿਉ ਅਤੇ ਵੱਧ ਤੋਂ ਵੱਧ ਵੀਰਾਂ ਨੂੰ ਜ਼ਰੂਰ ਲੈ ਕੇ ਆਓ। ਮੈਂ ਇਸ ਗੱਲ ਦੇ ਉੱਤੇ ਬਹੁਤ ਕਈਆਂ ਦਿਨਾਂ ਦਾ ਸੋਚ ਰਿਹਾ ਸੀ ਵਿਚਾਰ ਕਰਨ ਦੇ ਬਾਰੇ ਵਿੱਚ। ਜਦੋਂ ਅਸੀਂ ਰਾਜ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਅਤੇ ਜਿਹੜੇ ਖਾਲਿਸਤਾਨ ਦੇ ਵਿਰੋਧੀ ਨੇ ਅੱਜ ਦੀ ਤਰੀਕ ਦੇ ਵਿੱਚ, ਜਿਨ੍ਹਾਂ ਦੇ ਆਪਾਂ ਨਾਮ ਲੈ ਲਈਏ, ਜਿਹੜੇ ਖੋਰੂ ਪਾ ਰਹੇ ਨੇ, ਪਿੱਟ ਸਿਆਪਾ ਪਾ ਰਹੇ ਨੇ ਭਾਰਤੀ ਮੀਡੀਆ ਦੇ ਵਿੱਚ, ਪੰਜਾਬ ਦੇ ਮੀਡੀਆ ਦੇ ਵਿੱਚ, ਚਾਹੇ ਮਜੀਠੀਆ ਹੋਵੇ, ਮਜੀਠੀਏ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਜਿਹੜਾ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲਾ ਡਰੱਗ ਡੀਲਰ, ਨਸ਼ੇੜੀ ਵਿਅਕਤੀ, ਬਿੱਟੂ ਬਿਆਂਤੇ ਪੋਤੇ ਦਾ ਬਲਾਤਕਾਰੀ, ਜਿਹਦੇ ਉੱਤੇ ਖੁਦ ਦੇ ਉੱਤੇ ਕੇਤੀਆ ਕਾਂਡ ਤੁਸੀਂ ਸੁਣਿਆ ਹੋਵੇਗਾ, ਜੇ ਕਿਸੇ ਨੇ ਨਹੀਂ ਸੁਣਿਆ ਤਾਂ ਤੁਸੀਂ ਉਹਦੀ ਰਿਸਰਚ ਕਰ ਸਕਦੇ ਹੋ। ਬਲਾਤਕਾਰੀ ਇਹਨਾਂ ਨੇ ਜਰਮਨ ਦੀ ਇੱਕ ਗੋਰੀ ਦੇ ਨਾਲ ਇਹਨਾਂ ਨੇ ਬਲਾਤਕਾਰ ਕੀਤਾ ਸੀ, ਗੁੰਡਾ। ਮੈਂ ਇਹਦੇ ਨਜ਼ਦੀਕ ਦੇ ਸੱਜਣਾਂ ਨੂੰ ਜਾਣਦਾ, ਕਿਸੇ ਸਮੇਂ ਉਹਨਾਂ ਨੇ ਸਾਡੇ ਤੋਂ ਫੋੜੇ ਵੀ ਖਾ ਚੁੱਕੇ ਆ ਉਹ। ਅਤੇ ਫਿਰ ਜਿੰਨੇ ਵੀ ਆ ਵਿੱਚ ਇੱਕ ਦੋ ਹੋਰ BJP ਵਾਲੇ ਨੇ ਜਾਂ ਜਿੰਨੇ ਵੀ ਇਹਨਾਂ ਦੇ ਚੈਨਲਸ ਦੇ ਉੱਤੇ ਡਿਬੇਟਾਂ ਦੇ ਉੱਤੇ ਆ ਕੇ ਬਹਿੰਦੇ ਨੇ, ਉਹ ਕੀ ਕਹਿੰਦੇ ਨੇ ਜਦੋਂ ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ? ਜਿਵੇਂ ਗੁਰਪਤਵੰਤ ਸਿੰਘ ਪੰਨੂ ਨੂੰ ਕੇਂਦਰਿਤ ਕਰਕੇ ਕਹਿੰਦੇ ਨੇ ਵੀ ਇਹ ਮੋਨੇ ਕੌਣ ਹੁੰਦੇ ਆ ਖਾਲਿਸਤਾਨ ਦੀ ਗੱਲ ਕਰਨ ਵਾਲੇ, ਇਹ ਗੁੱਤਾਂ ਵਾਲੇ ਫਲਾਨੇ ਧਮਕੇ। ਸਾਨੂੰ ਖਾਲਿਸਤਾਨ ਦੇ ਵਿਰੋਧੀ ਦੱਸਣਗੇ ਵੀ ਖਾਲਿਸਤਾਨ ਦੀ ਗੱਲ ਸਿਰਫ ਖਾਲਸਾ ਹੀ ਕਰ ਸਕਦੇ ਆ? ਨੋ ਵੇ, ਇਹ ਹਊਆ ਬਣਾ ਦਿੱਤਾ। ਈਵਨ ਸਾਡੇ ਵਿੱਚ ਉਹ ਵੀ, ਸਾਡੇ ਚਾਹੇ ਪ੍ਰਚਾਰਕ ਨੇ, ਚਾਹੇ ਸਾਡੇ ਧਾਰਮਿਕ ਆਗੂ ਨੇ, ਜਿਨ੍ਹਾਂ ਦੀਆਂ ਲੱਤਾਂ
ਥੋੜਾ ਭਾਰ ਨਹੀਂ ਝੱਲਦੀਆਂ, ਉਹ ਐਵੇਂ ਹੀ ਕਹਿ ਦੇਣਗੇ ਵੀ ਪਹਿਲਾਂ ਸਾਰੇ ਖਾਲਸੇ ਬਣ ਜਾਓ ਫਿਰ ਆਪੇ ਖਾਲਿਸਤਾਨ ਬਣ ਜਾਓ। ਨਹੀਂ, ਇਹ ਲੜਾਈ ਸਾਡੀ ਆ, ਕਿਉਂ? ਸਾਡੇ ਗ੍ਰੰਥ ਅਤੇ ਪੰਥ ਨੂੰ, ਸਾਡੇ ਨੂੰ ਉਸ ਮੁਲਕ ਦੇ ਵਿੱਚ ਖਤਰਾ ਆ। ਪਰ ਉਹ ਕਿਹੜਾ ਮੁਲਕ ਆ ਜਿੱਥੇ ਸਿਰਫ ਇੱਕ ਧਰਮ ਦਾ ਰਾਜ ਹੋਊਗਾ? ਦੁਨੀਆਂ ਦੇ ਵਿੱਚ ਕੋਈ ਇੱਕ ਮੁਲਕ ਦਿਖਾ ਲਓ ਜਿੱਥੇ ਧਰਮ ਦਾ ਰਾਜ ਹੋਵੇ। ਤੁਸੀਂ ਕਮੈਂਟ ਕਰਕੇ ਗੱਲ ਨੂੰ ਜੇ ਕਿਸੇ ਨੂੰ ਲੱਗੇ ਤੁਸੀਂ ਦੱਸ ਸਕਦੇ ਹੋ। ਨਹੀਂ, ਇਹ ਧਰਮ ਦਾ ਰਾਜ ਨਹੀਂ, ਇਹ ਸਾਡੇ ਹੱਕਾਂ ਦਾ ਰਾਜ ਆ। ਪੰਜਾਬ ਦੇ ਰਾਈਟਸ ਦੀ ਲੜਾਈ ਆ ਖਾਲਿਸਤਾਨ। ਫੋਰ ਐਗਜ਼ਾਮਪਲ, ਸੁਖਪਾਲ ਸਿੰਘ ਖਹਿਰਾ ਜਿਹੜਾ ਆ ਉਹ ਕਹਿੰਦਾ ਵੀ ਮੈਂ ਰੈਫਰੈਂਡਮ ਦੀ ਸਪੋਰਟ ਨਹੀਂ ਕਰਦਾ। ਸਾਫ਼ ਕਹਿੰਦਾ ਉਹ ਨਹੀਂ ਕਰਦਾ ਸਪੋਰਟ, ਉਹ ਨਹੀਂ ਕਰਦਾ। ਪਰ ਉਹ ਗੱਲ ਕੀ ਕਰਦਾ? ਉਹ ਗੱਲ ਕਰਦਾ 1947 ਤੋਂ ਲੈ ਕੇ ਹੁਣ ਤੱਕ ਦੇ ਪੰਜਾਬੀਆਂ ਦੇ ਨਾਲ ਹੋਏ ਧੱਕਿਆਂ ਦੀ ਗੱਲ, 1947 ਤੋਂ ਲੈ ਕੇ ਹੁਣ ਤੱਕ ਸਿੱਖ ਕੌਮ ਦੇ ਨਾਲ ਕੀਤੇ ਗਏ ਵਿਤਕਰੇ ਦੀ ਗੱਲ। ਭੜਕਦਾ ਕੌਣ ਆ? ਸਮੁੱਚਾ ਅਕਾਲੀ ਦਲ, ਸਮੁੱਚਾ ਹੀ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਤੋਂ ਓਪਰੇਟ ਹੁੰਦੀ ਆ, ਸਾਰਾ ਹੀ ਕਾਂਗਰਸ। ਕਾਰਨ, ਸਿੱਖਾਂ ਨੂੰ, ਪੰਜਾਬੀਆਂ ਨੂੰ ਇਸ ਗੱਲ ਤੋਂ ਜਾਣੂ ਨਾ ਕਰਾਇਆ ਜਾ ਸਕੇ ਕਿ ਦਿੱਲੀ ਤੁਹਾਡੇ ਨਾਲ ਕੀ ਧੱਕਾ ਕਰਦੀ ਆ, ਕਿ ਤੁਹਾਨੂੰ ਗੁਲਾਮੀ ਬਾਰੇ ਦੱਸਿਆ ਨਾ ਜਾ ਸਕੇ। ਰੀਜ਼ਨ ਇਹ ਆ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਦਾ ਸਮੁੱਚਾ ਸੰਘਰਸ਼ ਪੰਜਾਬ ਦਿਆਂ ਹੱਕਾਂ ਦੇ ਉੱਤੇ ਆ। ਚਾਹੇ ਕਪੂਰੀ ਦੇ ਮੋਰਚੇ ਦੀ ਗੱਲ ਆ ਜਾਵੇ, ਚਾਹੇ ਅਨੰਦਪੁਰ ਸਾਹਿਬ ਦਾ ਮਤਾ। ਅਨੰਦਪੁਰ ਸਾਹਿਬ ਦਾ ਮਤਾ ਕੀ ਆ? ਪੰਜਾਬੀ ਹੱਕਾਂ ਦੀ ਗੱਲ ਆ, ਪੰਜਾਬ ਦੇ ਰਾਈਟਸ ਆ, ਉਹਨੂੰ ਸਾਰੇ ਪੜਿਆ ਕਰੋ। ਪਰ ਇਹ ਦਿੱਲੀ ਤੋਂ ਓਪਰੇਟ ਹੋਣ ਵਾਲੇ ਇਹ ਸਿਆਸੀ ਰਜਵਾੜੇ ਜਿਹੜੇ ਖੁਦ ਤੁਹਾਡੇ ਆਗੂ ਬਣੇ ਹੋਏ ਨੇ, ਆਈ ਡੋਨਟ ਨੋ ਵੀ ਇਹਨਾਂ ਨੂੰ ਕੌਣ ਚੁਣਦੇ ਨੇ, ਕੌਣ ਕਿਉਂ ਤੁਸੀਂ ਇਹਨਾਂ ਨੂੰ ਵੋਟਾਂ ਪਾ ਕੇ ਆਪਣੇ ਸਿਰ 'ਤੇ ਚੜਾਇਆ ਹੋਇਆ। ਇਹ ਉਹ ਰਜਵਾੜੇ ਲੋਕ ਜਿਹੜੇ ਸਿਰਫ ਤੇ ਸਿਰਫ ਪੰਜਾਬ ਦੀ ਸੌਦੇਬਾਜ਼ੀ ਕਰਦੇ ਨੇ, ਪੰਜਾਬ ਦੇ ਯੂਥ ਦੇ ਕਾਤਲ ਨੇ, ਚਾਹੇ ਉਹ ਮਜੀਠੀਆ ਆ, ਚਾਹੇ ਕੋਈ ਵੀ ਆ। ਪਰ ਅੱਜ ਤੁਹਾਡੇ ਸਾਹਮਣੇ ਕਲੀਅਰਲੀ ਇੱਕ ਪਿਕਚਰ ਜਿਹੜੀ ਆ ਉਹ ਸਾਫ਼ ਹੋ ਗਈ ਆ ਵੀ ਪੰਜਾਬੀ, ਪੰਜਾਬੀਅਤ 'ਤੇ ਪਹਿਰਾ ਦੇਣਾ ਹੀ ਖਾਲਿਸਤਾਨ ਆ। ਸਿੱਖੀ ਪੰਥ ਨੂੰ, ਸਿੱਖੀ ਗੁਰੂ ਗ੍ਰੰਥ, ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਚੱਲਣਾ, ਪੰਥ ਦੀ ਸੇਵਾ ਕਰਨੀ, ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਆਉਣਾ, ਆਪਣੇ ਪੰਥ ਧਾਰਮਿਕ ਜਿਹੜੀਆਂ ਸਾਡੀਆਂ ਡਿਮਾਂਡਸ ਨੇ ਉਹਨਾਂ ਉੱਤੇ ਪਹਿਰਾ ਦੇਣਾ ਖਾਲਿਸਤਾਨ ਆ। ਸੂਬੇ ਦੀ ਮੰਗ ਅੱਜ ਦੀ ਨਹੀਂ ਉੱਠ ਰਹੀ, ਬਹੁਤ ਪੁਰਾਣੀਆਂ, ਬਹੁਤ ਪੁਰਾਣੀਆਂ। ਪਰ ਅੱਜ ਆਪਾਂ ਵਾਰੇ ਜਾਂਦੇ ਹਾਂ ਸਿੱਖਸ ਫਾਰ ਜਸਟਿਸ ਦੀ ਟੀਮ ਦੇ, ਜਿਨ੍ਹਾਂ ਨੇ ਇਸ ਗੱਲ ਨੂੰ ਘਰ ਘਰ ਤੱਕ ਪਹੁੰਚਾ ਦਿੱਤਾ। ਜਿਹੜੇ ਗੱਲ ਕਰਦੇ ਸੀ ਵੀ ਇਹ ਕਿਤੇ ਵੀ ਨਹੀਂ ਹੈਗੀ ਗੱਲ ਜੀ, ਕੌਣ ਕਰਦਾ ਪੰਜਾਬ ਦੇ ਗੱਲ, ਪੰਜਾਬ ਦੇ ਵਿੱਚ ਹਰ ਇੱਕ ਚੈਨਲ, ਹਰ ਇੱਕ ਡਿਬੇਟ ਔਰ ਰੈਫਰੈਂਡਮ ਤੋਂ ਬਿਨਾਂ ਨਹੀਂ ਪੂਰੀ ਹੋ ਰਹੀ। ਹਾਂਜੀ, ਅਤੇ ਮੈਂ ਸੱਦ ਕੇ ਜਾਵਾਂ ਉਹਨਾਂ ਲੋਕਾਂ ਦੇ ਜਿਹੜੇ ਵਿਰੋਧ ਕੌਣ ਕਰਨ ਵਾਲੇ ਨੇ, ਵਿਰੋਧ ਕਰਨ ਵਾਲੇ ਸਾਡੇ ਮੂੰਹ 'ਚ ਲਫ਼ਜ਼ ਪਾ ਰਹੇ ਨੇ ਵੀ ਖਾਲਿਸਤਾਨ ਦੀ ਮੰਗ ਸਿਰਫ ਤੇ ਸਿਰਫ ਸਰਦਾਰ ਹੀ ਕਰ ਸਕਦਾ, ਜਾਂ ਸਾਡੇ ਕੁਝ ਆਗੂ ਕਹਿ ਰਹੇ ਆ ਜੀ, ਉਹ ਮੈਂ ਪੋਸਟ ਵੀ ਦੇਖਦਾ ਉਹਨਾਂ ਦੀਆਂ। ਪਹਿਲਾਂ ਸਾਰੇ ਖਾਲਸੇ ਬਣ ਜਾਓ, ਜਿੱਦਣ ਖਾਲਿਸਤਾਨ ਬਣ ਗਿਆ ਖਾਲਸੇ ਤਾਂ ਸਾਰੇ ਉਦੋਂ ਵੀ ਨਹੀਂ ਹੋਣੇ, ਖਾਲਸੇ ਤਾਂ ਸਾਰੇ ਉਦੋਂ ਵੀ ਨਹੀਂ ਹੋਣੇ। ਕੌਮ ਦੇ ਵਿੱਚ ਕੁਰਬਾਨੀਆਂ, ਵੱਡੀਆਂ ਕੁਰਬਾਨੀਆਂ ਦੇਣ ਵਾਲੇ ਉਹ ਨੇ ਜਿਹੜੇ ਮੋਨੇ ਸੀ, ਉਹਨਾਂ ਨੇ ਜੇਲ੍ਹਾਂ ਵਿੱਚ ਜਾ ਕੇ ਅੰਮ੍ਰਿਤ ਛਕੇ ਆ, ਜੇਲ੍ਹਾਂ ਵਿੱਚ ਜਾ ਕੇ ਉਹ ਗੁਰੂ ਵਾਲੇ ਬਣੇ ਆ। ਖਾਲਿਸਤਾਨ ਬਣਾਉਣਾ ਖਾਲਸੇ ਦਾ, ਜਿੱਥੇ ਸਾਰੇ ਬਰਾਬਰ ਹੋਣਗੇ, ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਹੋਵੇਗੀ, ਜਿੱਥੇ ਕੋਈ ਜਾਤ ਨਹੀਂ, ਕੋਈ ਭੇਤ ਨਹੀਂ, ਕੋਈ ਵੈਰ ਨਹੀਂ, ਕੋਈ ਵਿਰੋਧ ਨਹੀਂ। ਅਸੀਂ ਉਹ ਰਾਜ ਚਾਹੁੰਦੇ ਹਾਂ। ਪਰ ਹੈਰਾਨੀ ਵਾਲੀ ਗੱਲ ਆ, ਅੱਜ ਜਦੋਂ ਤੁਹਾਡੀ ਗੱਲ ਉੱਠਦੀ ਆ
ਪਿਛਲੇ 4 ਦਿਨਾਂ ਦੇ ਵਿੱਚ ਇੱਕ ਵੱਡਾ ਫੈਸਲਾ ਆਉਂਦਾ ਆ ਸੁਪਰੀਮ ਕੋਰਟ ਦਾ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਗੱਲ ਤੁਸੀਂ ਸੋਸ਼ਲ ਮੀਡੀਆ ਤੇ ਵੀ ਨਹੀਂ ਕਰ ਸਕਦੇ। ਖਾਲਿਸਤਾਨ ਦੀ ਗੱਲ ਤੁਸੀਂ ਸੋਸ਼ਲ ਮੀਡੀਆ ਤੇ ਵੀ ਨਹੀਂ ਕਰ ਸਕਦੇ। ਕਾਰਨ, ਅੱਜ ਇਸ ਗੱਲ ਨੂੰ ਜਿਹੜੇ ਕਹਿੰਦੇ ਸੀ ਤੁਸੀਂ ਬਾਹਰ ਬੈਠੇ ਗੱਲਾਂ ਕਰਦੇ ਹੋ, ਅੱਜ ਤੁਹਾਡੀ ਇਹ ਗੱਲ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਲੀ ਦਰਬਾਰ ਦੀਆਂ ਜੜ੍ਹਾਂ ਪੁੱਟ ਰਹੀ ਆ, ਦਿੱਲੀ ਦਰਬਾਰ ਦੀਆਂ ਜੜ੍ਹਾਂ ਪੁੱਟ ਰਹੀ ਆ। ਤੁਹਾਡਾ ਇਹ ਮੀਡੀਆ ਆ, ਬਹੁਤ ਸਾਰੇ ਵੀਰ ਕਹਿਣਗੇ ਫੇਸਬੁੱਕ ਤੇ ਗੱਲ ਕਰਦੇ ਆ, ਇਹ ਫੇਸਬੁੱਕ ਸਾਡਾ ਮੀਡੀਆ ਆ, ਅਸੀਂ ਇਹਨੂੰ ਮੀਡੀਆ ਤੌਰ ਤੇ ਵਰਤਿਆ ਤੇ ਅੱਜ ਇਹ ਦੇਖੋ ਅੱਜ ਆਪਣੀ ਗੱਲ ਇਹ ਕਿੱਥੇ ਜਾ ਕੇ ਖੜੀ ਆ, ਅੱਜ ਇਹ ਆਪਣੀ ਗੱਲ ਕਿੱਥੇ ਜਾ ਕੇ ਖੜੀ ਆ। ਤੇ ਮੈਂ ਹੁਣ ਵੀਰਾਂ ਨੂੰ ਬੇਨਤੀ ਕਰਦਾ, ਮੇਰੇ ਖਿਆਲ ਦੇ ਵਿੱਚ ਅੱਜ ਦੀਆਂ ਸਿਚੁਏਸ਼ਨਸ ਦੇਖ ਕੇ ਸਾਡੇ ਕੋਲ ਕੋਈ ਸਵਾਲ ਨਹੀਂ ਰਹਿ ਜਾਂਦਾ ਕਿ ਸਾਨੂੰ ਰਾਜ ਕਿਉਂ ਚਾਹੀਦਾ। ਅੱਜ ਦੀਆਂ ਸਿਚੁਏਸ਼ਨਸ ਦੇਖ ਕੇ ਸਾਡੇ ਕੋਲ ਕੋਈ ਸਵਾਲ ਨਹੀਂ ਰਹਿ ਜਾਂਦਾ ਕਿ ਸਾਨੂੰ ਰਾਜ ਆਪਣਾ ਪੰਜਾਬ ਆਜ਼ਾਦ ਕਿਉਂ ਚਾਹੀਦਾ। ਤੇ ਮੇਰੇ ਖਿਆਲ ਦੇ ਵਿੱਚ ਇਹ ਵੀ ਸਵਾਲ ਨਹੀਂ ਰਹਿ ਜਾਂਦਾ ਕਿ ਬਣਨਾ ਕਿਵੇਂ ਆ। ਤੁਹਾਡੇ ਸਾਹਮਣੇ ਆ ਗਿਆ ਅੱਜ ਰੈਫਰੈਂਡਮ ਦਾ, ਕਿਉਂ ਤੁਸੀਂ ਕਲਮ ਚੱਕ ਲਈ। ਇੱਕ ਸਮਾਂ ਸੀ ਤੁਸੀਂ ਹਥਿਆਰ ਚੱਕਿਆ, ਪਰ ਅੱਜ ਤੁਸੀਂ ਹਥਿਆਰਬੰਦ ਤਾਂ ਤੁਸੀਂ ਹੈ ਗਈ ਹੋ, ਹਰੇਕ ਖਾਲਸਾ ਹਥਿਆਰਬੰਦ ਆ, ਹਥਿਆਰ ਕਦੀ ਭੁੱਲਣੇ ਆ, ਤੁਸੀਂ ਜਮਾਂਦਰੂ ਲੜਾਕੇ ਹੋ, ਪਤਾ ਨਹੀਂ ਕਿੰਨੀਆਂ ਸਦੀਆਂ ਤੋਂ ਤੁਸੀਂ ਲੜਾਕੇ ਹੋ, ਹਥਿਆਰ ਚੱਕਣੇ ਨਹੀਂ ਤੁਹਾਨੂੰ ਭੁੱਲੇ, ਪਰ ਤੁਸੀਂ ਅੱਜ ਕਲਮ ਚੱਕ ਲਈ ਤੇ ਕਲਮ ਦੇ ਹਥਿਆਰ ਨੇ ਦਿੱਲੀ ਦਰਬਾਰ ਦੀਆਂ ਨਾਸਾਂ 'ਚ ਧੂੰਆਂ ਦਵਾ ਦਿੱਤਾ। ਅਤੇ ਹੁਣ ਨਾਲ ਲੱਗਦੀ ਗੱਲ ਇਹ ਵੀ ਵੇਖ ਲਈਏ ਵੀ ਜਿੰਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਵਾਲੇ ਸਾਡੇ ਵੀਰ ਸੀ, ਹੁਣ ਇਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਾਂ ਇੱਥੇ ਜਿਹੜੇ ਥੋੜ੍ਹੇ ਬਹੁਤੇ ਇਹਨਾਂ ਦੇ ਵੀ ਦਿੱਲੀ ਦਰਬਾਰ ਦੇ ਚੂਚੇ ਹੈਗੇ ਨੇ, ਉਹ ਵੀ ਇਹ ਗੱਲ ਵੇਖ ਲੈਣ ਵੀ ਜੇਕਰ ਸੁਖਪਾਲ ਖਹਿਰੇ ਨੇ ਰਾਈਟਸ ਦੀ ਗੱਲ ਕੀਤੀ ਜਾਂ ਉਹਦਾ ਸੁਨੇਹਾ ਨਿਕਲ ਕੇ ਆਇਆ ਵੀ ਉਹ ਰੈਫਰੈਂਡਮ ਦੀ ਸਪੋਰਟ ਕਰਦਾ, ਜਾਂ ਦਿੱਲੀ ਵਾਲੇ ਲੁਧਿਆਣੇ ਵਾਲੇ ਦੋਨੇ ਸਰਦਾਰ ਭਰਾ ਜੇਕਰ ਉਹ ਹੱਕ ਦੀ ਗੱਲ ਕਰਦੇ ਨੇ, ਤਾਂ ਜਿਨ੍ਹਾਂ ਲੋਕਾਂ ਨੇ ਇੱਕ ਬਦਲਾਅ ਦੇ ਲਈ ਆਮ ਆਦਮੀ ਨੂੰ ਵੋਟ ਪਾਈ ਉਹ ਸਾਰੇ ਖਹਿਰੇ ਦੇ ਹੱਕ ਵਿੱਚ ਆ ਗਿਆ ਵੀ ਹਾਂ ਹੁਣ ਰੈਫਰੈਂਡਮ ਦੀ ਹੱਕ ਦੀ ਗੱਲ ਕੀਤੀ ਆ ਤੇ ਅਸੀਂ ਤੇਰੇ ਨਾਲ ਆ। ਦਿਲ ਖੁਸ਼ ਹੁੰਦਾ ਜਦੋਂ ਯੂਥ ਜਦੋਂ ਇੱਕ ਸੋਚ ਬਦਲਦੀ ਆ, ਇਹੀ ਚੀਜ਼ਾਂ ਯੁੱਗ ਪਲਟਦੀਆਂ ਨੇ। ਇਹ ਜਦੋਂ ਇਹ ਹੁਣ ਦਿੱਲੀ ਦਰਬਾਰ ਸੋਚ ਲਵੇ ਵੀ ਜੇਕਰ ਪੰਜਾਬੀ ਇੱਕ ਤੀਜਾ ਬਦਲਾਅ ਚਾਹੁੰਦੇ ਸੀ ਤਾਂ ਉਹ ਸਿਰਫ ਪੰਜਾਬੀ ਹੱਕਾਂ ਦੇ ਲਈ ਚਾਹੁੰਦੇ ਸੀ, ਪੰਜਾਬੀ ਰਾਈਟਸ ਦੇ ਲਈ ਚਾਹੁੰਦੇ ਸੀ, ਨਾ ਕਿ ਦਿੱਲੀ ਦੀ ਗੁਲਾਮੀ ਕਰਨ ਦੇ ਲਈ। ਤੁਸੀਂ ਇਹ ਧਿਆਨ ਮਾਰ ਕੇ ਵੇਖੋ, ਜੇਕਰ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚੋਂ ਖਹਿਰੇ ਨੂੰ ਬਾਹਰ ਕੱਢਦੇ ਹੋ, ਲੁਧਿਆਣੇ ਵਾਲੇ ਸਰਦਾਰਾਂ ਨੂੰ ਬਾਹਰ ਕੱਢਦੇ ਹੋ, ਤਾਂ ਜਿੰਨੇ ਵੀ ਨੇ ਸਿਰਫ ਪੂਛ ਹਿਲਾਉਣ ਵਾਲੇ ਨੇ, ਉਹਨਾਂ ਨੂੰ ਦਿੱਲੀ ਨੂੰ ਚਾਹੀਦਾ ਕੌਣ ਆ ਪੂਛ ਹਿਲਾਉਣ ਵਾਲਾ ਜਿਹੜਾ ਸਿਰਫ ਤੇ ਸਿਰਫ ਉਹਨਾਂ ਦੇ ਨਾਲ ਬਾਂਹ ਖੜੀ ਕਰੇ, ਜਿਵੇਂ ਉਹਨਾਂ ਦੀ ਉਹ ਬਲਜਿੰਦਰ ਕੌਰ ਵਗੈਰਾ ਉਹ ਸਾਫ਼ ਕਹਿ ਦਿੰਦੇ ਆ ਵੀ ਅਸੀਂ ਦੁਰਗੇਸ਼ ਅਤੇ ਸੰਜੇ ਤੋਂ ਬਿਨਾਂ ਅਸੀਂ ਕੱਖ ਨਹੀਂ, ਅਸੀਂ ਤਾਂ ਉਹਨਾਂ ਦਾ ਹੁਕਮ ਮੰਨਾਂਗੇ, ਅਤੇ ਉਹ ਮੌਕਾ ਭਾਲਦੇ ਨੇ ਜਿਹੜਾ ਕੋਈ ਪੰਜਾਬੀ ਹੱਕਾਂ ਦੀ ਗੱਲ ਕਰੇ ਉਹਦੇ ਖਿਲਾਫ਼ ਖੜਨਾ। ਸੋ ਐਨੀਵੇਜ਼ ਮੈਂ ਇੱਥੇ ਇੱਕ ਗੱਲ ਕਰ ਦਈਏ ਵੀ ਆਪਾਂ ਹੱਕ ਸੱਚ ਦੇ ਨਾਲ ਖੜਨਾ ਆ, ਅਤੇ ਹੁਣ ਇੱਕੋ ਇੱਕ ਗੱਲ ਰਹਿ ਜਾਂਦੀ ਆ ਸਾਡੇ ਲਈ ਰੈਫਰੈਂਡਮ ਦੀ, ਡਟ ਕੇ ਤਨ ਮਨ ਅਤੇ ਧਨ ਇਹਨਾਂ ਨਾਲ ਸਪੋਰਟ ਕਰਨੀ ਠੋਕ ਕੇ। 12 ਅਗਸਤ ਨੂੰ ਲੰਡਨ ਐਲਾਨਨਾਮਾ ਹੋਣ ਜਾ ਰਿਹਾ, ਲੰਡਨ ਡਿਕਲੇਰੇਸ਼ਨ ਲੰਡਨ ਦੇ ਵਿੱਚ, ਅਤੇ ਮੇਰੇ ਵੀਰੋ ਦੁਨੀਆਂ 'ਚ ਜਿੱਥੇ ਵੱਸਦੇ ਹੋ ਹਰੇਕ ਹੀ ਚਾਹੁੰਦਾ ਵੀ ਅਸੀਂ ਵੀ ਤੁਰ ਫਹਿਰਾਈਏ
ਚਾਹੇ ਆਸਟ੍ਰੇਲੀਆ ਵਾਲੇ ਆ, ਚਾਹੇ ਅਮਰੀਕਾ ਵਾਲੇ ਆ, ਚਾਹੇ ਕੈਨੇਡਾ ਵਾਲੇ ਆ, ਚਾਹੇ ਯੂਰਪ ਦੇ ਵਿੱਚ ਕਿਤੇ ਵੀ ਰਹਿੰਦੇ ਹੋ, ਅਤੇ ਵੀਰੋ ਇਸ ਵਾਰ ਆਪਾਂ ਲੰਡਨ ਪਹੁੰਚਣਾ ਸਾਰਿਆਂ ਨੇ। ਜਿੰਨੇ ਵੀਰੋਂ ਡਿਕਲੇਰੇਸ਼ਨ 'ਤੇ ਪਹੁੰਚਣਾ, ਆਪਾਂ ਨੂੰ ਕਿਸੇ ਚੀਜ਼ ਨਾਲ ਵਾਹ ਨਹੀਂ, ਗੱਲ ਸਿਰਫ ਆਜ਼ਾਦੀ ਦੀ ਉੱਠਣੀ ਆ, ਗੱਲ ਸਿਰਫ ਆਜ਼ਾਦੀ ਦੇ ਸੁਨੇਹੇ ਦੀ ਜਾਣੀ ਆ। ਲੰਡਨ ਡਿਕਲੇਰੇਸ਼ਨ ਇੱਕ ਮੀਲ ਪੱਥਰ ਸਾਬਤ ਹੋਵੇਗਾ। ਉਹਨਾਂ ਕੌਮਾਂ ਦੀਆਂ ਗੱਲਾਂ ਹੁੰਦੀਆਂ ਨੇ ਜੋ ਇਕੱਠੀਆਂ ਹੋ ਕੇ ਕੋਈ ਕਾਰਜ ਨੱਪਦੀਆਂ ਨੇ, ਅਤੇ ਇਹ ਛੋਟੀ ਮੋਟੀ ਗੱਲ ਨਹੀਂ ਹੋਣੀ। ਤੁਸੀਂ ਇੱਕ ਆਜ਼ਾਦੀ ਦੇ ਇੱਕ ਸਟੈਪ ਦੇ ਉੱਪਰ ਪੈਰ ਰੱਖਣ ਜਾ ਰਹੇ ਹੋ, ਅਤੇ 2020 ਤੱਕ ਜਿਹੜੇ ਅੱਜ ਇਹ ਦਿੱਲੀ ਦੇ ਜਿੰਨੇ ਵੀ ਇਹ ਪਹਾੜੇ 'ਤੇ ਚੜ੍ਹੇ ਹੋਏ ਨੇ, ਇਹ ਪਹਾੜੇ 'ਤੇ ਚੜ੍ਹੇ ਹੋਏ ਨੇ, ਪਹਾੜੇ 'ਤੇ ਚੜ੍ਹੇ ਹੋਏ ਸਰਦਾਰ ਕਹਿ ਸਕਦੇ ਹਾਂ ਇਹਨਾਂ ਨੂੰ, ਆਪਣੇ ਆਪ ਨੂੰ ਮਜੀਠੀਏ ਸਰਦਾਰ ਕਹਾਉਂਦੇ ਨੇ, ਆਪਣੇ ਆਪ ਨੂੰ ਕੈਪਟਨ ਰਾਜਾ ਕਹਾਉਂਦਾ ਆ, ਆਪਣੇ ਆਪ ਨੂੰ ਆ ਜਿੰਨੇ ਵੀ ਹੋਰ ਆਇਰੋ, ਮੈਂ ਤਾਂ ਇਹਨਾਂ ਦੇ ਨਾਂ ਵੀ ਨਹੀਂ ਲੈਣੇ ਚਾਹੁੰਦਾ, ਇਹ ਪਹਾੜੇ 'ਤੇ ਚੜ੍ਹੇ ਹੋਏ ਸਰਦਾਰ ਨੇ, ਇਹ ਦਿੱਲੀ ਦੇ ਪਹਾੜੇ ਦੇ ਸਰਦਾਰ 2020 ਤੱਕ ਕਮਲੇ ਹੋ ਜਾਣੇ ਆ। ਤੁਸੀਂ ਹਿੰਮਤ ਨਾ ਹਾਰਿਓ, ਆਹ ਟਾਈਮ ਆ ਗੁਰੂ ਪਤਵੰਤ ਸਿੰਘ ਪੰਨੂ ਦੇ ਨਾਲ ਖੜ੍ਹਨੇ ਦਾ। ਕਿਸੇ ਵੀ ਧਰਮ ਨਾਲੋਂ, ਕਿਸੇ ਵੀ ਪਾਰਟੀ ਨਾਲੋਂ ਜੇਕਰ ਪੰਜਾਬੀ ਹੱਕਾਂ ਦੀ ਗੱਲ ਕਰਦੇ ਹੋ, ਤਾਂ ਆਹ ਟਾਈਮ ਆ ਤੁਹਾਡਾ ਗੁਰੂ ਪਤਵੰਤ ਸਿੰਘ ਪੰਨੂ ਸਿੱਖਸ ਫਾਰ ਜਸਟਿਸ ਦੀ ਟੀਮ ਦੇ ਨਾਲ ਖੜ੍ਹੇ ਹੋਣ ਦਾ, ਠੀਕ ਹੈ ਜੀ। ਅਤੇ ਵੀਰੋ ਠੋਕ ਕੇ ਸਪੋਰਟ ਕਰੋ ਰੈਫਰੈਂਡਮ ਦੀ। ਹੁਣ ਕੋਈ ਵੀ ਉਹ ਗੱਲ ਰਹਿ ਨਹੀਂ ਗਈ ਜਿਹੜੀ ਤੁਹਾਡੇ ਮਨ ਦੇ ਵਿੱਚ ਸ਼ੰਕਾ ਹੋਊਗਾ ਰੈਫਰੈਂਡਮ। ਪਹਿਲਾਂ ਸਵਾਲ ਇਹ ਉੱਠਦਾ ਸੀ ਵੀ ਕਰਾ ਵੀ ਦੇਣਗੇ, ਹੁਣ ਤੁਹਾਡੇ ਸਾਹਮਣੇ ਆ ਡਿਕਲੇਰੇਸ਼ਨ ਹੋਣ ਜਾ ਰਹੀ ਆ, ਅਤੇ ਅਗਲੇ ਪਿੱਟ ਸਿਆਪੇ ਪਾ ਕੇ ਬੈਠੇ ਆ। ਅਤੇ ਵਾਹਿਗੁਰੂ ਅਸੀਂ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਕੌਮ ਨੂੰ ਚੜ੍ਹਦੀਆਂ ਕਲਾਂ ਬਖਸ਼ੇ, ਅਤੇ ਇਹ ਚਾਹੇ ਜਿੰਨੇ ਮਰਜ਼ੀ ਝੂਠੇ ਕੇਸ ਪਾਲਣ, ਵੀਰੋ ਸਾਨੂੰ ਵੀ ਤੰਗ ਕਰਦੇ ਨੇ, ਜੇ ਸਾਡੇ ਪਰਿਵਾਰਾਂ ਨੂੰ, ਸਾਡੇ ਰਿਸ਼ਤੇਦਾਰਾਂ ਨੂੰ ਕੁਛ ਹੱਦ ਤੱਕ ਮਿਊਸੀ ਆਉਂਦੀ ਆ ਜਦੋਂ ਫੋਨ ਆਉਂਦਾ ਵੀ ਐਵੇਂ ਸਾਨੂੰ ਬੇਇੱਜ਼ਤ ਕਰਦੇ ਆ, ਸਰ ਪਿੰਡੋਂ ਪੰਚਾਇਤਾਂ ਦੇ ਵੀ ਫੋਨ ਆਉਂਦੇ ਆ ਵੀ ਐਂ ਆਉਂਦੇ ਨੇ, ਪਰ ਹੁਣ ਬੇਫਿਕਰ ਆ। ਪਰ ਜਿਹੜੀ ਆਹ ਗੱਲ ਅੱਜ ਜਿੱਥੇ ਤੱਕ ਚੜ੍ਹ ਗਈ ਆ, ਅੱਜ ਪਰਵਾਹ ਕੋਈ ਨਹੀਂ, ਜਿੱਥੇ ਤੱਕ ਢੂਹੇ ਦੇ ਜ਼ੋਰ ਲਾਉਣਾ ਕੈਪਟਨਾਂ ਲਾ ਲਾ, ਜਿੱਥੇ ਤੱਕ ਜ਼ੋਰ ਲਾਉਣਾ ਹਿੰਦੁਸਤਾਨੀ ਸਿਆਸਤ ਅਤੇ ਦਿੱਲੀ ਦੇ ਦਲਾਲ ਜਿਹੜੀਆਂ ਇਹਨਾਂ ਦੀਆਂ ਏਜੰਸੀਆਂ ਉਹ ਲਾਲਣ, ਹੁਣ ਤਾਂ ਜਿੱਥੇ ਤੱਕ ਚੱਲੂਗੀ ਨਿਭਾਵਾਂਗੇ, ਜਿੱਦਾਂ ਵੀ ਨਿੱਭੀ ਨਿਭਾਵਾਂਗੇ। ਅਤੇ ਮੇਰੇ ਵੀਰੋ ਹੁਣ ਡਟ ਕੇ ਸਪੋਰਟ ਕਰੋ। ਅਤੇ ਕਈ ਵੀਰ ਜਿਹੜੇ ਨੇ ਉਹ ਮੈਸੇਜ ਕਰਦੇ ਨੇ, ਉਹ ਕਹਿੰਦੇ ਵੀਰ ਜੀ ਵੀ ਅਸੀਂ ਸਪੋਰਟ ਕਰਦੇ ਹਾਂ, ਅਸੀਂ ਵੇਖਦੇ ਹਾਂ, ਪਰ ਅਸੀਂ ਮੈਸੇਜ ਨਹੀਂ ਕਰ ਸਕਦੇ, ਅਸੀਂ ਸ਼ੇਅਰ ਨਹੀਂ ਕਰ ਸਕਦੇ, ਤਾਂ ਕਿ ਉਹ ਜਿਹੜੇ ਨੇ ਡਰ ਹੁੰਦਾ ਕਈਆਂ ਦੇ। ਪਰ ਵੀਰੋ ਜਿਹੜਿਆਂ ਨੂੰ ਆਪਣੀ ਰੀਅਲ ਆਈ ਡੀ ਤੋਂ ਜਿਹੜੇ ਕੋਈ, ਉਹ ਆਪਣੀਆਂ ਫੇਕ ਆਈ ਡੀਜ਼ ਬਣਾਓ, ਆਪਣੇ ਅਕਾਊਂਟ ਦੀਆਂ ਫੇਕ ਆਈ ਡੀਜ਼ ਬਣਾਓ, ਪਰ ਇਹ ਕੰਮ ਨਹੀਂ ਰੁਕਣਾ ਚਾਹੀਦਾ ਤੁਹਾਡੇ ਲਈ। ਇਹ ਸੋਸ਼ਲ ਮੀਡੀਆ ਜਿਹੜਾ ਆ ਉਹ ਇੱਕ ਮੀਡੀਆ ਆ, ਮੀਡੀਆ ਚੈਨਲ ਆ ਆਪਣੇ ਲਈ ਇੱਕ ਇਹ, ਅਤੇ ਆਪਾਂ ਇਹਨੂੰ ਚੈਨਲ ਤੌਰ ਦੇ ਉੱਤੇ ਸਿੱਖਸ ਫਾਰ ਜਸਟਿਸ ਦੀ ਅੱਜ ਦੀ ਕੈਂਪੇਨ ਨੂੰ ਹਰ ਇੱਕ ਦਰ 'ਤੇ, ਹਰ ਇੱਕ ਘਰ 'ਤੇ ਆਪਾਂ ਪਹੁੰਚਾਉਣਾ ਆ। ਅਤੇ ਹੁਣ ਹਿਸਾਬ ਤੁਸੀਂ ਆਪ ਲਾ ਲਓ ਵੀ ਅੱਜ ਦੀ ਹਕੂਮਤ ਕਿਵੇਂ ਪੰਜਾਬੀਅਤ ਦੀ, ਪੰਜਾਬੀ ਦੀ ਵੈਰੀ ਬਣੀ ਹੋਈ ਆ। ਪੰਜਾਬੀ ਹੱਕਾਂ 'ਤੇ ਪਹਿਰਾ ਦੇਣਾ ਖਾਲਿਸਤਾਨ ਆ, ਇਹ ਕਿਸੇ, ਇਹ ਸਾਡੇ ਧਰਮ ਦੀ ਲੜਾਈ ਆ, ਸਾਡੇ ਧਰਮ ਪੰਥ ਗ੍ਰੰਥ ਨੂੰ ਹਿੰਦੁਸਤਾਨ ਦੇ ਵਿੱਚ ਖਤਰਾ ਆ। ਪਰ ਇਹ ਗੱਲ ਜ਼ਰੂਰੀ ਨਹੀਂ ਵੀ ਪਹਿਲਾਂ ਸਾਰੇ ਖਾਲਸੇ ਬਣ ਜਾਣ, ਪਰ ਇਹ ਗੱਲ ਜ਼ਰੂਰੀ ਨਹੀਂ ਵੀ ਕੋਈ ਸਿਰਫ ਖਾਲਸਾ ਅਤੇ ਸਿਰਫ ਦੁਮਾਲੇ ਵਾਲਾ ਹੀ ਖਾਲਿਸਤਾਨ ਦੀ ਗੱਲ ਕਰ ਸਕਦਾ। ਹਰ ਕੋਈ ਨੌਜਵਾਨ ਪੰਜਾਬੀ ਸਿੱਖ, ਚਾਹੇ ਉਹ ਮੋਨਾ ਆ,
ਚਾਹੇ ਉਹ ਸਰਦਾਰ ਆ, ਚਾਹੇ ਉਹ ਬੱਚਾ ਆ, ਚਾਹੇ ਕੋਈ ਸਿਆਣਾ ਆ, ਚਾਹੇ ਕੋਈ ਭੈਣ ਆ, ਚਾਹੇ ਕੋਈ ਭਰਾ ਆ, ਉਹ ਪੰਜਾਬੀਅਤ ਉੱਤੇ ਪਹਿਰਾ ਦੇਵੇ ਤੇ ਆਪਣੇ ਕੌਮੀ ਘਰ ਦੀ ਗੱਲ ਕਰੇ। ਸੈਕੰਡਲੀ ਇੱਕ ਗੱਲ ਹੋਰ ਜਿਹੜੀ ਇੰਪੋਰਟੈਂਟ ਆ, ਕਈ ਵੀਰ ਕਹਿੰਦੇ ਨੇ ਅਖੇ ਜੀ ਅਸੀਂ ਫਲਾਣੀ ਕਾਸਟ ਨੂੰ ਬਿਲੋਂਗ ਕਰਦੇ ਹਾਂ, ਵੀ ਡੋਂਟ ਕੇਅਰ। ਖਾਲਸੇ ਵਿੱਚ ਕੋਈ ਜਾਤ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਆਪਾਂ ਸਾਰੇ ਬਰਾਬਰ ਹਾਂ। ਅਸੀਂ ਵਾਲਮੀਕੀ ਦਾ ਵੀ ਸਤਿਕਾਰ ਕਰਦੇ ਹਾਂ, ਅਸੀਂ ਰਵਿਦਾਸ ਦਾ, ਸਾਡੇ ਗੁਰੂ ਨੇ ਸਾਰੇ ਠੀਕ। ਹਰ ਧਰਮ ਹਰ ਅਦਾਰੇ ਦਾ ਜਿਸ ਵਿੱਚ ਵੀ ਉਹ ਵਿਸ਼ਵਾਸ ਰੱਖਦਾ ਆ ਉਹਨਾਂ ਦਾ ਸਤਿਕਾਰ ਕਰਦੇ ਹਾਂ, ਅਤੇ ਇਹ ਉਹਨਾਂ ਦੀ ਲੜਾਈ ਆ। ਪੰਜਾਬ ਤੋਂ ਬਾਹਰ ਜੋ ਸਾਡੇ ਦਲਿਤ ਭਾਈਚਾਰੇ ਦਾ ਹਾਲ ਆ ਉਹ ਤੁਸੀਂ ਨਿਤ ਰੋਜ਼ ਵੇਖਦੇ ਹੋ। ਪਿਛਲੇ ਪੰਜਾਂ ਦਿਨਾਂ ਦੇ ਵਿੱਚ ਲਗਾਤਾਰ ਪੰਜ ਤਸਵੀਰਾਂ ਸਾਹਮਣੇ ਆਈਆਂ ਜਿਹੜੀਆਂ ਕਿ ਕੋਈ ਕਮਾਦ ਦੇ ਵਿੱਚ ਪੁੱਤ ਮਾਂ ਦਾ ਮਰਿਆ ਪਿਆ ਨਸ਼ੇ 'ਚ ਲੱਗ ਕੇ, ਕੋਈ ਸੜਕ ਦੇ ਉੱਤੇ ਸਾਈਕਲ ਤੋਂ ਡਿੱਗਿਆ ਉਹਨੇ ਨਸ਼ੇ ਦੀ ਬਾਅਦ ਘਾਟ ਦੇ ਵਿੱਚ। ਉਹ ਭਾਈ ਮੇਰਿਓ ਇਹ ਉਹ ਸਟਿਲ ਨਸਲਕੁਸ਼ੀ ਆ ਜਿਹੜੀ ਗੋਲੀਆਂ 'ਚੋਂ ਨਿਕਲਦੀ ਸੀ, ਅੱਜ ਇਹ ਚਿੱਟੇ ਦੀਆਂ ਗੋਲੀਆਂ 'ਚੋਂ ਨਿਕਲ ਰਹੀ ਆ। ਪੰਜਾਬ ਤੋਂ ਬਾਹਰ ਜੋ ਸਾਡੇ ਦਲਿਤ ਭਾਈਚਾਰਿਆਂ ਦਾ ਬੁਰਾ ਹਾਲ ਆ, ਇਹ ਦਿਨ ਉਹ ਦੂਰ ਨਹੀਂ ਜਿੱਦਣ ਪੰਜਾਬ ਦੇ ਵਿੱਚ ਇਸ ਹਿੰਦ ਹਕੂਮਤ ਨੇ ਆਪਣੀਆਂ ਸਾਜ਼ਿਸ਼ਾਂ ਦੇ ਨਾਲ ਸਾਨੂੰ ਆਪਸ ਵਿੱਚ ਲੜਾਉਣਾ ਆ। ਸੋ ਉਦੋਂ ਪਹਿਲਾਂ ਸੁਚੇਤ ਹੋਈਏ, ਉਸ ਤੋਂ ਪਹਿਲਾਂ ਸੁਚੇਤ ਹੋਈਏ। ਆਪਾਂ ਸਾਰੀਆਂ ਸੰਪਰਦਾਵਾਂ ਕੋਈ ਵੀ ਨੇ ਉਹਨਾਂ ਦੇ ਆਪਸੀ ਵਿਵਾਦਾਂ 'ਚ ਨਾ ਪੈ ਕੇ ਸਤਿਕਾਰ ਉਹਨਾਂ ਦਾ ਕਰੀਏ, ਪਰ ਪਹਿਲੀ ਗੱਲ ਕੌਮੀ ਘਰ ਖਾਲਿਸਤਾਨ। ਅੱਜ ਜਿਸ ਲੈਵਲ 'ਤੇ ਗੱਲ ਪਹੁੰਚ ਗਈ ਆ, ਜੇ ਅੱਜ ਅਸੀਂ ਨਾ ਖੜ੍ਹੇ ਹੋਏ ਤਾਂ ਫਿਰ ਵੀਰੋ ਮੌਕੇ ਵਾਰ ਵਾਰ ਨਹੀਂ ਆਉਣੇ। ਇਹ 34 ਸਾਲ ਬਾਅਦ ਉਹ ਸੰਤਾਂ ਨੇ ਬਚਨ ਕਹੇ ਸੀ ਵੀ ਜੇਕਰ ਹਿੰਦੁਸਤਾਨੀ ਹਕੂਮਤ ਦੇ ਪੈਰ ਦਰਬਾਰ ਸਾਹਿਬ 'ਤੇ ਪੈਂਦੇ ਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਗਈ। ਕਹਿੰਦੇ ਤਾਂ ਸਾਰੇ ਹੀ ਆ, ਇਹ ਤਾਂ ਗੱਲ ਸਾਰੇ ਕਹਿੰਦੇ ਆ ਵੀ ਭਿੰਡਰਾਂ ਵਾਲਿਆ ਆ ਜਾ, ਪਰ ਇੱਕ ਗੱਲ ਮੈਨੂੰ ਇਹ ਦੱਸੋ ਜੇ ਭਿੰਡਰਾਂ ਵਾਲੇ ਵਾਪਸ ਆ ਗਏ ਤਾਂ ਫਿਰ ਮੋਰਚੇ ਕਿਹੜੇ ਲੱਗਣੇ ਆ, ਫਿਰ ਮੋਰਚੇ ਕਿਹੜੇ ਲਾਉਂਗੇ? ਖੜਨਾ ਹਿੰਦ ਹਕੂਮਤ ਦੇ ਮਗਰ ਨਾਲ ਪੈਣਾ ਖਿਲਾਫ, ਖੜਨਾ ਹਿੰਦ ਹਕੂਮਤ ਦੇ ਖਿਲਾਫ ਪੈਣਾ ਜੇ ਅੱਜ ਸਪੋਜ਼ ਭਿੰਡਰਾਂ ਵਾਲੇ ਵਾਪਸ ਆ ਜਾਣ। ਤੁਸੀਂ ਸਾਰੇ ਕਹਿੰਦੇ ਹੋ ਭਿੰਡਰਾਂ ਵਾਲਾ ਚਾਹੀਦਾ, ਤਾਂ ਫਿਰ ਹਿੰਦ ਹਕੂਮਤ ਨਾਲ ਲੜਨ ਦਾ ਜਿਗਰਾ ਵੀ ਰੱਖੋ। ਮੋਰਚੇ ਫਰਕਪੂਰੀ ਵਾਲੇ ਲੱਗਣੇ ਆ, ਮੋਰਚੇ ਫਿਰ ਪੰਜਾਬੀ ਬੋਲੀ ਦੇ ਲੱਗਣੇ ਆ, ਮੋਰਚੇ ਫਿਰ ਪੰਜਾਬ ਦੇ ਵਾਧੂ ਅਧਿਕਾਰਾਂ ਦੇ ਲੱਗਣਗੇ। ਅਤੇ ਹੁਣ ਅਸੀਂ ਕਹਿੰਦੇ ਹਾਂ ਲਾਓ, ਆਪਾਂ ਕਹਿੰਦੇ ਹਾਂ ਆਓ ਪਹਿਰਾ ਦਿਓ। ਜਿੱਦਣ ਤੁਸੀਂ ਇਹਨਾਂ ਸਾਰਿਆਂ ਹੀ ਹੱਕਾਂ 'ਤੇ ਪੰਜਾਬੀਅਤ ਦੇ ਉੱਤੇ ਪਹਿਰਾ ਦੇ ਦਿੱਤਾ ਤਾਂ ਵੀਰ ਮੇਰੇ ਤੁਸੀਂ ਸਾਰੇ ਭਿੰਡਰਾਂ ਵਾਲੇ ਹੋ, ਫਿਰ ਤੁਸੀਂ ਸਾਰੇ ਭਿੰਡਰਾਂ ਵਾਲੇ ਹੋ। ਜਿੱਦਣ ਤੁਸੀਂ ਹਰ ਇੱਕ ਉਸ ਗਰੀਬ ਗੁਰਬੇ ਦੀ ਬਿਨਾਂ ਕਿਸੇ ਭੇਦਭਾਵ ਦੇ ਬਾਂਹ ਫੜ ਲਈ, ਫਿਰ ਤੁਸੀਂ ਸਾਰੇ ਭਿੰਡਰਾਂ ਵਾਲੇ ਹੋ। ਜਿੱਦਣ ਤੁਸੀਂ ਧੀ ਧਿਆਣੀ ਦੇ ਨਾਲ ਜਾ ਕੇ ਖੜ ਗਏ ਉਹਦੀ ਜ਼ਰੂਰਤ ਦੇ ਲਈ, ਤਾਂ ਤੁਸੀਂ ਸਾਰੇ ਭਿੰਡਰਾਂ ਵਾਲੇ ਹੋ। ਅਤੇ ਵੀਰ ਮੇਰਿਓ ਆਓ ਹੁਣ ਪਿੱਛੇ ਨਹੀਂ ਹਰਣਾ, ਕੱਖ ਹੋ ਜਾਵੇ ਜਿਹੜੇ ਮਰਜ਼ੀ ਭਾਅ ਪਵੇ, ਅਤੇ ਆਪਾਂ ਕੌਮੀ ਜਰਨੈਲਾਂ ਦੇ ਨਾਲ ਖੜ੍ਹੇ ਹੋਣਾ। ਅਤੇ ਮੈਂ ਦੱਸ ਨਹੀਂ ਸਕਦਾ ਆ ਪਿਛਲੇ ਦਿਨਾਂ ਦਾ, ਜਿੱਦਣ ਤੋਂ ਸੈਨ ਫਰਾਂਸਿਸਕੋ ਤੋਂ ਸਿੰਘਾਂ ਨੇ ਲਲਕਾਰ ਪਾਈ ਆ ਦਿੱਲੀ ਦੇ ਦਲਾਲਾਂ ਨੂੰ, ਉੱਦਣ ਦੇ ਵੇਖ ਰਹੇ ਹਾਂ ਵੱਖ ਵੱਖ ਚੈਨਲਾਂ ਦੇ ਉੱਤੇ ਕਿਵੇਂ ਸਾਰੇ ਲਿਬੜੇ ਫਿਰਦੇ ਨੇ। ਪਰ ਸਵਾਲ ਇਹੀ ਹੁੰਦਾ ਜਦੋਂ ਤੁਹਾਡੀ ਗੱਲ, ਤੁਹਾਡੀ ਗੱਲ ਕੌਮੀਅਤ ਦੀ ਗੱਲ, ਤੁਹਾਡੀ ਹੱਕਾਂ ਵਾਲਿਆਂ ਦੀ ਗੱਲ ਤੁਹਾਡੇ ਦੁਸ਼ਮਣ ਦੇ ਸਿਰ ਚੜ ਕੇ ਬੋਲੇ, ਸਵਾਦ ਉਹਦੇ ਹੁੰਦਾ। ਅੱਜ ਤੁਹਾਡਾ ਦੁਸ਼ਮਣ ਤੁਹਾਡੀ ਗੱਲ ਕਰ ਰਿਹਾ, ਅੱਜ ਤੁਹਾਡਾ ਪੰਜਾਬੀਅਤ ਦਾ ਦੁਸ਼ਮਣ
ਅੱਜ ਤੁਹਾਡੀ ਗੱਲ ਕਰ ਰਿਹਾ ਤੇ ਵੀਰ ਮੇਰੇ ਹੁਣ ਖੜੇ ਹੋਣਾ, ਕਿਸੇ ਨੇ ਪਿੱਛੇ ਨਹੀਂ ਹਟਣਾ, ਡਟ ਕੇ ਸਪੋਰਟ ਕਰੀਏ। ਡਟ ਕੇ ਸਿਕਸ ਫਾਰ ਜਸਟਿਸ ਦੀ ਜਿੰਨੀ ਵੀ ਟੀਮ ਹੈ, ਜੋ ਕੁਝ ਵੀ ਸ਼ੇਅਰ ਕਰਦੇ ਨੇ, ਆਪਾਂ ਆਪਣਾ ਫਰਜ਼ ਬਣਦਾ ਆਪਾਂ ਨੂੰ ਹਰ ਜਗ੍ਹਾ ਪਹੁੰਚਾਉਣਾ, ਹਰ ਜਗ੍ਹਾ ਪਹੁੰਚਾਉਣਾ ਤੇ ਹੱਕ ਸੱਚ ਤੇ ਪਹਿਰਾ ਦਈਏ। ਰੈਫਰੈਂਡਮ ਰੈਫਰੈਂਡਮ ਕਰ ਦਿਓ ਜਿੱਥੇ ਵੀ ਹੁੰਦੀ ਆ, ਜਿਹੜੀ ਕੰਧ ਮਿਲਦੀ, ਜਿਹੜੀ ਕੀ ਮਿਲਦਾ, ਇਵੇਂ ਇੱਕ ਮੁਹਿੰਮਾਂ ਚੱਲਦੀਆਂ ਨੇ। ਅਸੀਂ ਸੋਚਦੇ ਹੀ ਕਈ ਵਾਰੀ ਯਾਰ ਐ ਨਾ ਕਰੀਏ, ਪਰ ਅੱਜ ਵਾਰੇ ਜਾਂਦੇ ਹਾਂ, ਸਾਡੇ ਤੋਂ ਕਿਤੇ ਵੱਧ ਕੇ ਸੋਚਦੇ ਨੇ ਪੰਨੂ ਵਰਗੇ ਜਾਂ ਹੋਰ ਜਿਹੜੇ ਯੋਧੇ ਨੇ ਜਿਹੜੇ ਲਗਾਤਾਰ ਲੱਗੇ ਹੋਏ ਨੇ ਭਾਈ, ਉਹਨਾਂ ਨੂੰ ਸਿਰ ਝੁਕਦਾ ਅਤੇ ਡਟ ਜਾਈਏ ਵੀਰੋ, ਪਿੱਛੇ ਨਹੀਂ ਹਟਣਾ ਅਤੇ ਡਟ ਕੇ ਸਪੋਰਟ ਕਰੋ ਰੈਫਰੈਂਡਮ ਦੀ। ਰੈਫਰੈਂਡਮ 2020 12 ਅਗਸਤ ਨੂੰ ਲੰਡਨ ਐਲਾਨਨਾਮਾ ਹੋਣ ਜਾ ਰਿਹਾ ਅਤੇ ਹਿੰਦੁਸਤਾਨ 'ਤੇ ਭਾ ਦੇ ਪਈਆਂ ਪਈਆਂ। ਅਤੇ ਨਾਲ ਦੀ ਨਾਲ ਇੱਕ ਹੋਰ ਰਿਕੁਐਸਟ ਆ ਵੀ 24 ਤਰੀਕ ਨੂੰ ਇੱਥੇ 24 ਜੂਨ ਨੂੰ ਕੈਲੀਫੋਰਨੀਆ ਦੇ ਵਿੱਚ ਡਾਕਟਰ ਗਾਂਧੀ ਅਤੇ ਹੋਰ ਸਿੰਘ ਜਿਹੜੇ ਆ, ਡਾਕਟਰ ਅਮਰਜੀਤ ਸਿੰਘ ਹੁਣੀ, ਉਹ ਵੀ ਇਕੱਠੇ ਹੋ ਰਹੇ ਆ, ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੈਸਟ ਦਾ ਪ੍ਰੋਗਰਾਮ ਆ, ਅਤੇ ਆਪਾਂ ਉੱਥੇ ਵੀ ਪਹੁੰਚਣਾ ਜਿਨ੍ਹਾਂ ਨੇ ਪਹੁੰਚਣਾ। ਅਤੇ ਹੁਣ ਗੱਲ ਇੱਕੋ ਹੀ ਆ, ਰੈਫਰੈਂਡਮ ਰੈਫਰੈਂਡਮ ਦੀ ਡਟ ਕੇ ਸਪੋਰਟ ਕਰੀਏ ਅਤੇ ਧੂਹ ਪਾ ਦੇਈਏ ਵੀਰੋ। ਅਤੇ ਧੰਨਵਾਦ ਸਾਰਿਆਂ ਦਾ, ਅਤੇ ਵੀਡੀਓ ਨੂੰ ਸਾਰੇ ਹੀ ਸ਼ੇਅਰ ਕਰ ਦਿਓ ਇੱਕ ਵਾਰੀ, ਅਤੇ ਇਹ ਗੱਲ ਜ਼ਰੂਰ ਹਰੇਕ ਨੂੰ ਦੱਸ ਦਿਓ, ਹਰੇਕ ਦੇ ਖਾਨੇ ਪਾ ਦਿਓ। ਜਦੋਂ ਤੁਹਾਨੂੰ ਕਹਿੰਦੇ ਆ ਵੀ ਫਲਾਣਾ ਗੁੱਤਵਾਲਾ ਅਤੇ ਫਲਾਣਾ ਧਮਕੇ ਵਾਲਾ, ਹਾਂ ਇਹ ਹੱਕ ਦੀ ਲੜਾਈ ਆ, ਇਹ ਹੱਕ ਦੀ ਲੜਾਈ ਆ। ਗੁਰਪਤਵੰਤ ਸਿੰਘ ਪੰਨੂ ਵਰਗੇ ਯੋਧੇ ਅਤੇ ਵਕੀਲ ਵਾਰ ਵਾਰ ਨਹੀਂ ਮਿਲਣੇ ਕੌਮ ਨੂੰ, ਅਤੇ ਅੱਜ ਤੁਹਾਡੇ ਲਈ ਬੰਦੇ ਦਿਨ ਰਾਤ ਕਰ ਰਹੇ ਆ, ਅਤੇ ਸਾਡਾ ਵੀ ਫਰਜ਼ ਬਣਦਾ ਉਹਨਾਂ ਲਈ ਖੜ੍ਹੇ ਹੋਣਾ। ਅਤੇ ਵੀਡੀਓ ਨੂੰ ਸਾਰੇ ਸ਼ੇਅਰ ਕਰ ਦਿਓ, ਅਤੇ ਕਿਸੇ ਵੀਰ ਦਾ ਐਂਡਲੇ ਟਾਈਮ ਦੇ ਵਿੱਚ ਕੋਈ ਇੱਕ ਸਵਾਲ ਹੋਵੇ ਜਾਂ ਕੋਈ ਇੱਕ ਗੱਲ ਹੋਵੇ ਤਾਂ ਆਪਾਂ ਪੜ੍ਹ ਦਿੰਦੇ ਹਾਂ। ਅਤੇ ਧੰਨਵਾਦ ਆ ਜੀ, ਅਤੇ ਗੁਰੂ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ। ਬਹੁਤ ਸਾਰੇ ਵੀਰ ਜਿਹੜੇ ਆ ਉਹ ਜੁੜੇ ਸੀ, ਅਤੇ ਗੁਰਸ਼ਾਨ ਸਿੰਘ ਜੀ ਇਹਨਾਂ ਗੱਲਾਂ ਨੂੰ ਛੱਡ ਦਿਓ, ਕੋਈ ਢੱਡਰੀਆਂ ਵਾਲਾ ਸਪੋਰਟ ਕਰਦਾ ਨਹੀਂ ਜਾਂ ਫਲਾਣਾ ਨਹੀਂ ਕਰਦਾ, ਕਿ ਕਿਸੇ ਨੇ ਨਹੀਂ ਕਰਨੀ। ਖਾਲਿਸਤਾਨ ਦੀ ਗੱਲ ਕਰਨ ਵਾਲੇ ਯੋਧੇ ਵੱਖਰੇ ਹੀ ਹੁੰਦੇ ਨੇ, ਅਤੇ ਇਹ ਇਹਨਾਂ ਗੱਲਾਂ 'ਚੋਂ ਬਾਹਰ ਨਿਕਲ ਜਾਓ। ਜੇਕਰ ਇਹਨਾਂ 'ਚ ਫਸੇ ਰਹੇ ਤਾਂ ਪੱਲੇ ਵੀ ਇਹੀ ਕੁਛ ਰਹਿਣਾ, ਵਿਵਾਦ ਵਿਵਾਦ, ਫਲਾਣੇ ਨੇ ਐਂ ਕਹਿਤਾ, ਧਮਕੇ ਨੇ ਐਂ ਕਹਿਤਾ, ਆਈ ਡੋਂਟ ਕੇਅਰ ਦੈਮ। ਸਾਡਾ ਨਿਸ਼ਾਨਾ ਇੱਕੋ ਹੀ ਆ, ਉਹ ਕੌਮੀ ਘਰ। ਜਿੱਦਣ ਤੁਹਾਡੇ ਆਪਣੇ ਹੱਥ ਦੇ ਪੈਰ ਦੇ ਵਿੱਚ ਨਾ, ਤੁਹਾਡੇ ਹੱਥ ਦੇ ਵਿੱਚ ਤੁਹਾਡੀ ਹਕੂਮਤ ਹੋਈ, ਬਿਰਲੇ ਦਿਸਣੇ ਆ, ਬਿਰਲੇ ਘਰਾਂ 'ਚ ਵੜ ਜਾਣੇ ਆ, ਇਹਨਾਂ ਦੇ ਮੋਢਿਆਂ 'ਤੇ ਕਈਆਂ ਹੋਣੀਆਂ, ਕਈਆਂ ਨੱਕੇ ਮੋੜਦੇ ਹੋਣੇ ਆ, ਜਿਹੜੇ 2-4 ਕਨਾਲ ਹੋਣਗੇ ਇਹਨਾਂ ਦੇ, ਬਾ ਉੱਥੇ ਜਾ ਕੇ ਸਭ ਦੌੜ ਜਾਣੇ ਆ। ਕਿਉਂ? ਉਸ ਵੇਲੇ ਸੱਚ ਦੀ ਗੱਲ ਹੋਊਗੀ। ਜੇ ਤੁਹਾਡੇ ਹੱਥ ਦੇ ਵਿੱਚ ਹਕੂਮਤ ਆ, ਤੁਹਾਡੇ ਹੱਥ ਦੇ ਵਿੱਚ ਰਾਜ ਆ, ਤਾਂ ਸਰ ਸਭ ਕੁਝ ਆ। ਅੱਜ ਹਿੰਦੂ ਦਾ ਰਾਜ ਆ ਅਤੇ ਅੱਜ ਹਿੰਦੂ ਹਕੂਮਤ ਕਰ ਰਿਹਾ, ਅਤੇ ਅਗਲੇ ਸ਼ਰੇਆਮ ਹਿੰਦੂਤਵ ਦੇ ਨਾਂ ਥਲੇ ਧਮਕੀਆਂ ਵੀ ਦਿੰਦੇ ਨੇ, ਦਿਨ ਦਿਹਾੜੇ ਕਤਲ ਵੀ ਹੁੰਦੇ ਨੇ, ਅਤੇ ਪਰ ਉਹਨਾਂ ਦਾ ਕੋਈ ਬਾਲ ਨਹੀਂ ਵਿੰਗਾ ਕਰ ਸਕਦਾ। ਪਰ ਤੁਹਾਡੀ ਤਾਂ ਵੀਰੋ ਸੋਚ ਹੀ ਬਹੁਤ ਨਿਆਰੀ ਆ, ਗੁਰੂ ਖਾਲਸੇ ਤਾਂ ਸੋਚੇ ਬਹੁਤ ਪਿਆਰੀ ਆ, ਤੁਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੇ ਹੋ, ਨਿੱਤ ਰੋਜ਼ ਅਰਦਾਸ ਭਲੇ ਦੀ ਕਰਦੇ ਹੋ, ਸਰਬੱਤ ਦੇ ਭਲੇ ਦਾ, ਸਾਰੀ ਦੁਨੀਆ ਦਾ ਭਲਾ ਮੰਗਦੇ ਹੋ, ਪਰ ਤੁਹਾਡੇ ਉੱਤੇ ਫਿਰ ਵੀ ਪਰਚੇ ਹੁੰਦੇ ਨੇ, ਉਹ ਵੀ ਝੂਠੇ। ਅਤੇ ਧੰਨਵਾਦ ਜੀ ਸਾਰਿਆਂ ਦਾ, ਅਤੇ ਵੀਡੀਓ ਨੂੰ ਤੁਸੀਂ ਸਾਰੇ ਸ਼ੇਅਰ ਕਰ ਦਿਓ, ਅਤੇ ਆਪਸੀ ਵਿਵਾਦਾਂ 'ਚੋਂ ਨਿਕਲ ਕੇ ਸਿਰਫ ਅਤੇ ਸਿਰਫ ਇੱਕ ਗੱਲ ਦੇ ਉੱਤੇ ਆਈਏ, ਉਹ ਹੈਗੀ ਆ ਰੈਫਰੈਂਡਮ, ਆਜ਼ਾਦੀ, ਕੌਮੀ ਘਰ, ਖਾਲਿਸਤਾਨ।
ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਰਿਆਂ ਨੇ ਇੱਕ ਵਾਰੀ ਫਿਰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਸਾਨੂੰ ਕਾਨੂੰਨ ਤੋਂ ਬਾਹਰ ਕਦੇ ਨਹੀਂ ਜਾਣਾ ਚਾਹੀਦਾ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ, ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਕਿਤੇ ਘਾਣ ਕੀਤਾ ਜਾ ਰਿਹਾ ਹੈ ਜਾਂ ਤੁਹਾਡੇ ਹੱਕ ਮਾਰੇ ਜਾ ਰਹੇ ਨੇ, ਤਾਂ ਸਾਨੂੰ ਕਾਨੂੰਨੀ ਲੜਾਈ ਲੜਨੀ ਚਾਹੀਦੀ ਹੈ। ਜੇ ਕਾਨੂੰਨੀ ਲੜਾਈ ਲੜ ਕੇ ਵੀ ਤੁਹਾਨੂੰ ਲੱਗਦਾ ਹੈ ਕਿ ਇਨਸਾਫ ਸਾਡੇ ਹੱਥ ਨਹੀਂ ਆ ਰਿਹਾ, ਤਾਂ ਸਾਨੂੰ ਜ਼ੁਲਮ ਤੇ ਜ਼ਬਰ ਦੇ ਖਿਲਾਫ ਮੋਰਚੇਬੰਦੀ ਕਰਨੀ ਚਾਹੀਦੀ ਹੈ, ਜਿਹਦਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਹੁਣਾਂ ਨੇ ਕੀਤੀ ਬਰਗਾੜੀ ਬੇਅਦਬੀ ਦੇ ਖਿਲਾਫ, ਤਾਂ ਜੋ ਸਰਕਾਰਾਂ ਨੂੰ ਗੋਡਿਆਂ ਤੇ ਲਿਆਇਆ ਜਾ ਸਕੇ ਅਤੇ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਪਹੁੰਚਾਇਆ ਜਾ ਸਕੇ। ਜੇ ਵਿਚਾਰ ਚੰਗੇ ਲੱਗੇ ਹੋਣ, ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟ 'ਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।